ਗੁਆਂਢੀਆਂ ਨੇ ਕੀਤਾ ਤੁਸੀਂ ਥੋੜੀ ਸਵਾਲ ਪੁੱਛੋਗੇ। ਦੋ ਹਜ਼ਾਰ 2019 'ਚ ਕੀ ਸੋਚ ਲੈ ਕੇ ਦੀਪ ਸਿੱਧੂ BJP ਦੇ ਸਮਰਥਨ 'ਚ ਗਏ ਸੀਗੇ? ਮੈਂ BJP ਦੇ ਸਮਰਥਨ 'ਚ ਤਾਂ ਕਦੇ ਗਿਆ ਹੀ। ਮੋਦੀ ਸਾਹਿਬ ਤੁਹਾਡੀਆਂ ਫੋਟੋਆਂ ਵਾਇਰਲ ਹੁੰਦੀਆਂ ਪਈਆਂ ਜੀ ਅੱਜ ਕੱਲ੍ਹ। ਤੁਸੀਂ ਇਹੀ ਸਵਾਲ ਮੈਨੂੰ ਉੱਥੇ ਕੀਤਾ, ਇਹੀ ਅੱਜ ਕੀਤਾ, ਇੱਕ ਮਿੰਟ ਹੈ ਨਾ, ਇਹੀ ਸਵਾਲ ਮੈਨੂੰ ਤੀਜੀ ਵਾਰੀ ਵੀ ਕਰ ਲਓਗੇ, ਉਹਦੇ 'ਚ ਕੀ ਜਵਾਬ ਦੇ ਦਿਓ? ਕੋਈ ਚੱਕਰ ਨਹੀਂ। ਪੋਲੀਟੀਕਲ ਪਾਰਟੀਆਂ ਨੇ ਪਿਛਲੇ 73 ਸਾਲਾਂ ਤੋਂ ਕੁਝ ਨਹੀਂ ਕੀਤਾ ਸਾਡੇ ਪੰਜਾਬ ਲਈ। ਅਸੀਂ ਤਾਂ ਹੀ ਤਾਂ ਉਹਨਾਂ ਨੂੰ ਡਿਸਕ੍ਰੈਡਿਟ ਕਰ ਰੱਖਿਆ, ਹੁਣ ਉਹਨਾਂ ਤੇ ਵਿਸ਼ਵਾਸ ਹੀ ਨਹੀਂ ਰਿਹਾ ਸਾਨੂੰ। ਐਗਰੀਕਲਚਰ ਮਾਡਲ ਜਿਹੜਾ ਸਾਡੇ ਕੋਲ ਸੀ ਨਾ ਖੇਤੀਬਾੜੀ ਦਾ, ਉਹ ਫੇਲ ਹੋਇਆ ਤੇ ਆਪਦਾ ਮਾਡਲ ਅਸੀਂ ਕਦੇ ਸਿਰਜਿਆ ਹੀ ਨਹੀਂ। ਅਸੀਂ ਖੜੇ ਹਾਂ ਸ਼ੰਭੂ ਮੋਰਚੇ ਤੇ, ਸਾਡੇ ਨਾਲ ਦੀਪ ਸਿੱਧੂ ਹਾਜ਼ਰ ਨੇ। ਦੀਪ ਸਿੱਧੂ ਦੇ ਦੋਸ਼ ਲੱਗ ਰਹੇ ਨੇ, ਉਹਨਾਂ ਗੱਲ ਕਰਾਂਗੇ ਵੀ ਉਹਨਾਂ ਨੇ ਦੋਸ਼ਾਂ ਦਾ ਕੀ ਕਹਿਣਾ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਪਹਿਲਾਂ ਦੋਸ਼ ਤੁਹਾਡੇ ਤੇ ਸਿਆਸੀ ਪਾਰਟੀਆਂ ਲਗਾਉਂਦੀਆਂ ਸੀ ਵੀ ਜਿਹੜਾ ਮੋਰਚਾ ਵਾ ਉਹ BJP ਵੱਲੋਂ ਲਗਾਇਆ ਗਿਆ ਵਾ, ਅੱਜ ਤੁਹਾਡੇ ਗਵਾਂਢੀ ਕਹਿ ਰਹੇ ਤੁਹਾਡੇ ਅੱਜ ਜੀ। ਇਹ ਬੜਾ ਆਪਾਂ ਗੱਲ ਕਰ ਚੁੱਕੇ ਹਾਂ, ਕੋਈ ਨਹੀਂ, ਹੁਣ ਦੋਸ਼ਾਂ ਦਾ ਮੈਂ ਬੜਾ ਵਾਰ ਵਾਰ ਗੱਲਾਂ ਨਹੀਂ ਕਰ ਸਕਦਾ, ਕੋਈ ਨਵੇਂ ਸਵਾਲ ਤੇ ਆਈਏ। ਦੋ ਮੋਰਚੇ ਲੱਗੇ ਹੋਏ ਆ, ਸ਼ੰਭੂ ਮੋਰਚੇ ਦੋ ਲੱਗੇ ਹੋਏ ਆ, ਉਹਨਾਂ ਦਾ ਇਹ ਕਹਿਣਾ ਸਾਡਾ 30 ਸਤੰਬਰ ਨੂੰ ਮੋਰਚਾ ਲੱਗੇ ਨੇ, 4 ਨੂੰ ਦਾ ਇਹਨੂੰ ਰਿਕੁਐਸਟ ਕੀਤੀ ਵੀ ਆਪਾਂ ਇਕੱਠਾ ਕਰ ਲੈਂਦੇ ਹਾਂ। ਜਿਵੇਂ ਕਹਿੰਦੇ ਆ ਠੀਕ ਆ ਜੀ, ਉਹਨਾਂ ਨੂੰ ਕਹੋ ਜਿਵੇਂ ਤੁਸੀਂ ਕਹਿੰਦੇ ਹੋ ਉਵੇਂ ਹੀ ਠੀਕ ਆ ਜੀ। ਠੀਕ ਆ, ਅੱਗੇ ਦੀ ਕੀ ਰਣਨੀਤੀ ਹੈਗੀ ਤੁਹਾਡੀ? ਇਹਦੀ ਰਣਨੀਤੀ ਹੁਣ ਆਏ ਆ ਵੀ ਕਿਸਾਨੀ ਸੰਘਰਸ਼ 'ਚ ਅਤੇ ਸਾਡੇ ਕੋਲ ਗਾਂ ਜਿਵੇਂ ਤੁਰਨਾ, ਗਾਂ ਆਪਦਾ ਪੰਜਾਬ ਦਾ ਇੱਕ ਇੰਡੀਪੈਂਡੈਂਟ ਐਗਰੀਕਲਚਰ ਪੰਜਾਬ ਕੇਂਦਰਿਤ ਮਾਡਲ ਹੋਣਾ ਚਾਹੀਦਾ, ਕਿਉਂਕਿ ਮਾਡਲ ਹੀ ਫੇਲ ਹੋਇਆ। ਐਗਰੀਕਲਚਰ ਮਾਡਲ ਜਿਹੜਾ ਸਾਡੇ ਕੋਲ ਸੀ ਨਾ ਖੇਤੀਬਾੜੀ ਦਾ, ਉਹ ਫੇਲ ਹੋਇਆ ਅਤੇ ਆਪਦਾ ਮਾਡਲ ਅਸੀਂ ਕਦੇ ਸਿਰਜਿਆ ਹੀ ਨਹੀਂ ਅਤੇ ਹੁਣ ਆਪਾਂ ਉਹ ਸਿਰਜ ਕੇ ਉਹਨੂੰ ਲਾਗੂ ਕਰਾਈਏ। ਲੀਡਰਸ਼ਿਪ ਦੀ ਵਾਰ ਵਾਰ ਗੱਲ ਆਉਂਦੀ ਆ, ਭਾਵਾਂ ਪਿੱਛੇ ਰਾਮੂ ਵਾਲੇ ਸਾਹਿਬ ਹੋ ਗਏ, ਉਦੋਂ ਬਾਅਦ PPP ਆ ਗਈ ਆਮ ਆਦਮੀ ਪਾਰਟੀ, ਕਿ ਲੀਡਰਸ਼ਿਪ ਦੀ ਘਾਟ ਹੁੰਦੀ ਆ ਜਿੱਥੇ ਕਿ ਇਹ ਗੱਲ ਰੋਕੀ ਕਿ ਜਰਨੈਲ ਨਹੀਂ ਕਿਸੇ ਨੂੰ ਲੱਭਦਾ ਹੈਗਾ। ਕੀ ਦੀਪ ਸਿੱਧੂ ਜਰਨੈਲ ਬਣਨਗੇ ਅਗਲੇ ਪੰਜਾਬ ਦੇ ਜੀ? ਨਹੀਂ ਜੀ, ਇਹ ਤਾਂ ਹੁਣ ਲੋਕ ਡਿਸਾਈਡ ਕਰਨਗੇ। ਜਰਨੈਲ ਇੱਕ ਨਹੀਂ ਹੋਣਾ ਚਾਹੀਦਾ, ਜਰਨੈਲ ਜੇ ਜਦੋਂ ਖਾਲਸਾ ਰਾਜ ਸੀ ਉਦੋਂ ਕਿੱਡੇ ਵੱਡੇ ਵੱਡੇ ਜਰਨੈਲ ਸੀ ਔਰ ਉਹ ਲੋਕਾਂ ਨੇ ਪੈਦਾ ਕੀਤੇ ਸੀ, ਸੋ ਇੱਕ ਜਰਨੈਲ ਨਹੀਂ ਹੋਣਾ ਚਾਹੀਦਾ। ਔਰ ਤੁਸੀਂ ਇਹ ਨਾ ਕਹੋ ਵੀ ਮੈਂ ਜਰਨੈਲ ਬਣੂੰਗਾ, ਅਸੀਂ ਬਥੇਰੀ ਕਲੈਕਟਿਵ ਲੀਡਰਸ਼ਿਪ ਪੈਦਾ ਕਰ ਲਾਂਗੇ। ਸਾਡੇ ਕੋਲ ਬਹੁਤ ਵਧੀਆ ਅਤੇ ਇਮਾਨਦਾਰ ਬੰਦੇ ਆ ਪੰਜਾਬ ਕੋਲ। ਮੈਂ ਦੋ ਮੋਰਚੇ ਦੀ ਗੱਲ ਤਾਂ ਕਰਾਂ, ਤੁਹਾਡੀਆਂ ਸਟੇਜਾਂ 'ਤੇ ਅਸੀਂ ਸਪੀਚ ਸੁਣੀ ਆ, ਭਾਵਾਂ ਲੱਖਾਂ ਸਧਾਰਨਾ ਹੁਣੀ ਬੋਲਦੇ ਹੋ, ਕਹਿੰਦੇ ਵੀ ਏਕਾ ਕਰੋ ਪਿੰਡਾਂ ਵਿੱਚ ਏਕਾ ਕਰੋ, ਪਰ ਜਿੱਥੇ ਕੇਂਦਰੀ ਧੁਰਾ ਉੱਥੇ ਦੋ ਮੋਰਚੇ ਲੱਗੇ, ਸਵਾਲ ਆ ਨਾ ਵੱਡਾ ਇਹ। ਕਿੱਥੇ ਜੀ? ਕੇਂਦਰੀ ਧੁਰੇ 'ਤੇ ਖੜੇ ਹਾਂ ਅਸੀਂ ਸ਼ੰਭੂ ਮੋਰਚੇ 'ਤੇ, ਇੱਥੇ ਦੋ ਮੋਰਚੇ ਲੱਗਣੇ, ਵੱਡਾ ਸਵਾਲ। ਕੋਈ ਪੋਲੀਟੀਕਲ ਏਜੰਡੇ ਨਾਲ ਮੋਰਚਾ ਤਾਂ ਲਾਇਆ ਨਹੀਂ, ਦੂਜਾ ਮੋਰਚਾ ਉਹ ਇੱਕ ਪੋਲੀਟੀਕਲ ਪਾਰਟੀ ਦਾ, ਸੋ ਸਿਆਸੀ ਜਿਹੜੀ ਲੜਾਈ ਆ ਉਹ ਤਾਂ ਜਿਹੜੀ ਵਿਧਾਨ ਸਭਾ ਅਤੇ ਲੋਕ ਸਭਾ 'ਚ ਜਿਹੜੇ ਓਪੋਜੀਸ਼ਨ ਨੇ ਲੜੀ ਆ ਉਹ ਫੇਲ ਹੋ ਗਏ ਆ, ਹੈ ਨਾ। ਅੱਜ ਤਾਂ ਲੋਕਾਂ ਦਾ ਸੰਘਰਸ਼ ਆ ਅਤੇ ਪੋਲੀਟੀਕਲ ਏਜੰਡੇ ਤੋਂ ਅਤੇ ਪੋਲੀਟੀਕਲ ਪਾਰਟੀਆਂ ਤੋਂ ਬਿਨਾਂ ਲੜਿਆ ਜਾਣਾ ਚਾਹੀਦਾ। ਜੇ ਕੋਈ ਪੋਲੀਟੀਕਲ ਪਾਰਟੀ ਆਪਦਾ ਝੰਡਾ ਅਤੇ ਏਜੰਡਾ ਛੱਡਦੀ ਆ, ਉਹ ਆਉਂਦੇ ਆ ਤਾਂ ਦੇ ਆਰ ਮੋਸਟ ਵੈਲਕਮ। ਕਿਸਾਨੀ ਧਰਨਿਆਂ 'ਚ ਵੀ ਤੁਸੀਂ ਦੇਖੋ ਕਿਸੇ ਪੋਲੀਟੀਕਲ ਲੀਡਰ ਨੂੰ ਉਹ ਨਹੀਂ ਉੱਥੇ ਆ ਕੇ ਆਪਦੀ ਗੱਲ ਕਰਨ ਦਿੰਦੇ, ਕਿਉਂ? ਕਿਉਂਕਿ ਲੋਕਾਂ ਦਾ ਸੰਘਰਸ਼ ਆ, ਜੇ ਲੋਕਾਂ ਨੇ ਲੜਾਈ ਲੜਨੀ ਆ। ਪੋਲੀਟੀਕਲ ਪਾਰਟੀਆਂ ਨੇ ਪਿਛਲੇ 73 ਸਾਲਾਂ ਤੋਂ ਕੁਝ ਨਹੀਂ ਕੀਤਾ ਸਾਡੇ ਪੰਜਾਬ ਲਈ, ਅਸੀਂ ਤਾਂ ਹੀ ਤਾਂ ਉਹਨਾਂ ਨੂੰ ਡਿਸਕ੍ਰੈਡਿਟ ਕਰ ਰੱਖਿਆ, ਹੁਣ ਉਹਨਾਂ 'ਤੇ ਵਿਸ਼ਵਾਸ ਹੀ ਨਹੀਂ ਰਿਹਾ ਸਾਨੂੰ, ਸੋ ਇਹ ਗੱਲ ਆ ਜੀ। ਹੋਰ ਕੋਈ ਗੱਲ ਤੁਹਾਡੇ ਤਾਂ ਆਉਂਦੀ ਹੈ BJP ਦੀ 2019 ਵਿੱਚ ਪ੍ਰਚਾਰ ਕੀਤਾ, ਉਹ ਗੱਲਾਂ ਕਰਕੇ ਤੁਹਾਡੇ ਦੇ ਐਲੀਗੇਸ਼ਨ ਲੱਗੇ? ਦੇਖੋ ਇਹ ਗੱਲਾਂ ਹੁਣ ਜਿਵੇਂ ਤੁਸੀਂ ਜਿਹੜੇ ਲੋਟ ਮੰਨਣੀਆਂ ਮੰਨ ਲਓ, ਹੁਣ ਮੈਂ ਵਾਰੀ ਵਾਰੀ ਇਹਦੇ 'ਤੇ ਗੱਲ ਨਹੀਂ ਕਰ ਸਕਦਾ। RSS ਦੀ ਗੱਲ ਕਰਦੇ ਹੋ, RSS ਦੀ ਵਿਚਾਰਧਾਰਾ ਅੱਜ ਨਹੀਂ, ਕਈ ਸਾਲਾਂ ਤੋਂ ਸਾਡੇ ਉੱਤੇ ਲਾਗੂ ਹੋਈ ਹੋਈ ਆ, ਕਈ ਸਾਲਾਂ ਤੋਂ RSS ਪੰਜਾਬ 'ਤੇ ਸਿੱਖੀ 'ਤੇ ਹਮਲਾ ਕਰ ਰਹੀ ਆ, ਅਤੇ 2019 ਵੀ ਉਹਨਾਂ ਸਾਲਾਂ ਵਿੱਚ ਹੀ ਆਉਂਦਾ ਜੀ, ਫਿਰ ਉਦੋਂ 2019 'ਚ ਕੀ ਸੋਚ ਲੈ ਕੇ ਦੀਪ ਸਿੱਧੂ BJP ਦੇ ਸਮਰਥਨ 'ਚ ਗਏ ਸੀਗੇ? ਮੈਂ BJP ਦੇ ਸਮਰਥਨ 'ਚ ਤਾਂ ਕਦੇ ਗਿਆ ਹੀ। ਮੋਦੀ ਸਾਹਿਬ ਤੁਹਾਡੀਆਂ ਫੋਟੋਆਂ ਵਾਇਰਲ ਹੁੰਦੀਆਂ ਪਈਆਂ ਜੀ ਅੱਜ ਕੱਲ੍ਹ, ਫੋਟੋਆਂ ਦੇ ਨਾਲ ਇਹਦਾ ਮਤਲਬ ਮੈਂ RSS ਦਾ ਬੰਦਾ ਹੋ ਗਿਆ?
नहीं फोटोआं दे नाल ते जो मैं गल्लां कह रहा हाँ वह थोड़े समझ नहीं आउंदियां पर फोटो देख के थोड़े समझ आ जाती है। सो यह तो यार बदकिस्मत ही है थोड़ी मेरी थोड़ी है बदकिस्मत गवांढ़ी कह रहे जी मैं आख्या कहना जिमें कहें उवें ठीक है भाई इदू ज़्यादा मैं नहीं बोल सकता। शंभू मोर्चे की अगवाई कर रहे दीप सिद्धू ते पिछले कुछ दिनों तो भाजपा समर्थक होने के दोष लग रहे हैं। कांग्रेसी MP रवनीत सिंह बिट्टू ने तो दीप सिद्धू लैके गंभीर दोष भी लगाए। अज जदों प्राइम मुद्दे की टीम शंभू पहुंची तो शंभू मोर्चे ते दो मोर्चे लगे हुए सन, एक दीप सिद्धू और दूजा मान दल का। मान दल के आगू बलजिंदर सिंह ने दीप सिद्धू ते लग रहे उक्त दोषों नूं दोहराया। जदों दीप सिद्धू नूं उक्त दोषों बारे पुछया तो दीप सिद्धू स्पष्ट जवाब ना दे सके अते कैमरे ते गलबात करन तो बाद दीप सिद्धू भड़क गए अते पत्रकार नूं पत्रकारी सिखाउण लग गए। जदों कि चाहिदा तां इह है कि दिनों दिन दीप सिद्धू ते लग रहे दोषों का जवाब देण, पर उह जवाब देण दी बजाए अपने ते लग रहे RSS या भाजपा नाल संबंधां दे दोषां नूं होर मजबूत कर रहे हैं। तुसीं भी देखो किवें पत्रकार नाल उलझ रहे हैं दीप सिद्धू। सत्कार दिता प्यार दिता है ना एक मिनट नहीं गल यही नहीं है तुसी सवाल जिहड़ा मर्जी पुछ लो पर एको ही बीन बजाई जानी यही तो तुसी लुधियाने पुछिया लुधियाने पुछिया ना मैनू भाई जी एक मिनट वो तो लाई जानगे यार कल दी मर्जी दोष जिने भी लाए यार दोष जिने भी लाए यार है ना पर गल तो उही है मैं सिर्फ जवाब दे दो होर कुछ नहीं तुसी यही सवाल मैनू उत्थे कीता यही अज कीता एक मिनट है ना यही सवाल मैनू तीजी वारी भी कर लोगे की ओहदे च की जवाब दे दो कोई चक्कर नहीं गल करिए भाई जी उत्थे सवाल कीता सी एक पॉलिटिकल पार्टी ने आ थुंडे गवान च मोर्चा ला उनु कोई भी सवाल कीता सी गल एह भी तां पॉलिटिकल पार्टी भी सवाल कीता मैं थुनु सवाल लिखदा कदे इत्थे खालसा दा नारा लग्या इहनां ने अंदर करा ता असीं छड़ा चलो गल्ला दा दोस्त नहीं बड़ा ही माड़ा मोटा ख्याल कर लो जिम्मेदारी समझो निरपक्ष एक जर्नलिज्म करो यार तुसी मेरी गल समझो बेनती की कोई गल ही नहीं है मैं थोनू सत्कार दिता प्यार दिता है ना एक मिनट नहीं गल यही नहीं है तुसी सवाल जिहड़ा मर्जी पुछ लो पर एको ही बीन बजाई जानी यही तो तुसी लुधियाने पुछिया लुधियाने पुछिया ना मैनू भाई जी एक मिनट वो तो लाई जानगे यार कल दी मर्जी दोष जिन्हें भी लाए यार दोष जिन्हें भी लाए यार है ना पर गल तो उही है मैं सिर्फ जवाब दे दो होर कुछ नहीं तुसी यही सवाल मैनू उत्थे कीता यही अज कीता एक मिनट है ना यही सवाल मैनू तीजी वारी भी कर लोगे की ओहदे च की जवाब दे दो कोई चक्कर नहीं गल करिए भाई जी उत्थे सवाल कीता सी एक पॉलिटिकल पार्टी ने आ थुंडे गवान च मोर्चा ला उनु कोई भी सवाल कीता सी गल करिए ए भी तां पॉलिटिकल पार्टी ने सवाल कीता मैं थुनु सवाल लिखदा कदे इत्थे खालसा दा नारा लग्या इहनां ने अंदर करा ता असीं छड़ा चलो गल्ला दा दोस्त नहीं। सो ए सन दीप सिद्धू जिन्हां ते वड्डे दोष BJP ਦੇ ਲੱਗ ਰਹੇ ਨੇ ਤੇ ਉਹਨਾਂ ਤੇ ਕੋਈ ਸਪਸ਼ਟ ਜਵਾਬ ਨਹੀਂ ਦੇ ਸਕੇ ਹੈਗੇ। ਹਾਲਾਂਕਿ ਮਾਨ ਦਲ ਦਾ ਇੱਧਰ ਧਰਨਾ ਲੱਗਿਆ ਹੋਇਆ ਮੋਰਚਾ ਮਾਨ ਦਲ ਵੱਲੋਂ ਦੋਸ਼ ਲਗਾਏ ਗਏ ਸਨ ਵੀ ਭਾਵੇਂ ਉਹ ਖਾਲਿਸਤਾਨ ਦੇ ਸਮਰਥਨ ਦੀ ਗੱਲ ਕੀਤੀ ਜਾਵੇ ਹੋਰ ਗੱਲ ਕੀਤੀ ਜਾਵੇ ਸੋ ਉੱਥੇ ਵੀ ਦੀਪ ਸਿੱਧੂ ਕੋਈ ਜਵਾਬ ਨਹੀਂ ਦੇ ਸਕੇ। ਸੋ ਇੱਕ ਏਕਤਾ ਦੀ ਗੱਲ ਕੀਤੀ ਆ ਵੀ ਸਾਰਿਆਂ ਨੂੰ ਜਰਨੈਲ ਬਣਨਾ ਪੈਗਾ ਜੇ ਅਸੀਂ ਅੱਜ ਇਹ ਪੰਜਾਬ ਤੇ ਪੰਜਾਬੀ ਦੀ ਲੜਾਈ ਜਿੱਤਣੀ ਆ। ਮੈਂ ਇੰਦਰਪਾਲ ਸਿੰਘ ਧੁੰਨਾ ਕੈਮਰਾਮੈਨ ਅੰਮ੍ਰਿਤਪਾਲ ਨਾਲ ਦੇਖਦੇ ਰਹੋ ਪ੍ਰਾਈਮੋ ਦੇ ਸਤਿ ਸ਼੍ਰੀ ਅਕਾਲ।